जी अस्सलाम वालेकुम। अल्लाह ताला की रहमत करम फजल और शुक्र के साथ आज का व्लॉग करते हैं जी शुरू। और अगर तुम लोग नए हो तो सब्सक्राइब करो, वो जो लाल वाला बटन है उस पे फूट फेंक के मारो या फिर मोमबत्ती, मुझे नहीं पता, बस क्लिक हो जाना चाहिए। तो बाबा जी की हाल चाल जी? ठीक ठाक। उम्मीद है फिर तो हो गए, मजे नाल हो गए, तो इंजॉय कर रहे हो गए। चलो बाबा जी लैट तुर गई जी। ठीक है, तो मैं आखिया अज व्लॉग स्टार्ट कर लिए, काफ़ी दिन हो गए हैं बाबा जी व्लॉग नहीं सी बना रहे गर्मी की वजह ना। ठीक है, ਅਤੇ ਹੁਣ ਮੌਸਮ ਥੋੜ੍ਹਾ ਜਿਹਾ ਠੀਕ ਹੋਇਆ ਸੀ ਅਤੇ ਮੈਂ ਚਲੋ ਜਿਹਾ ਜੀ ਵਲੌਗ ਬਣਾਉਂਦੇ ਹਾਂ। ਠੀਕ ਹੈ, ਅਤੇ ਬਾਕੀ ਬਾਬਾ ਜੀ ਤੁਹਾਡਾ ਬਾਈ ਉੱਠ ਪਿਆ, ਚੈੱਕ ਕਰ ਸਕਦੇ ਹੋ, ਉਹਨਾਂ ਨਾਲੇ ਉੱਠਿਆ ਵਾ, ਟਾਈਮ ਹੋ ਗਿਆ 3:30 ਦਾ ਬਾਬਾ ਜੀ। ਠੀਕ ਹੈ, ਅਤੇ ਅੱਜ ਤੋਂ ਫਿਰ ਵਲੌਗ ਸਟਾਰਟ ਨੇ। ਠੀਕ ਹੈ, ਸ਼ੁਰੂ ਨੇ ਬਾਬਾ ਜੀ, ਹੁਣ ਤੋਂ ਵਲੌਗ ਬਣਾਵਾਂਗੇ ਕਿਉਂਕਿ ਮੌਸਮ ਬਹੁਤ ਹੀ ਕਮਾਲ ਦਾ ਹੋ ਗਿਆ। ਗਰਮੀ ਦੇ ਵਿੱਚ ਨਾ ਐਡੀਟਿੰਗ ਕਰਨ ਦਾ ਦਿਲ ਕਰਦਾ ਸੀ ਨਾ ਵਲੌਗ ਬਣਾਉਣ ਦੇ ਬਾਬਾ ਜੀ। ਠੀਕ ਹੈ, ਬਾਕੀ ਹੁਣ ਅਸੀਂ ਚੱਲੇ ਹਾਂ ਵੀਡੀਓ ਸ਼ੀਡੀਓ ਬਣਾਉਣ, ਮੈਂ ਅਤੇ ਚੀਮਾ ਸਾਹਿਬ, ਅਤੇ ਚੀਮਾ ਸਾਹਿਬ ਨਾ ਆ ਗਏ ਨੇ ਬਾਹਰ ਚੌਂਕ 'ਚ, ਅਤੇ ਮੈਂ ਆਖਿਆ ਚਲੋ ਜੀ ਅੱਜ ਤੂੰ ਵਲੌਗ ਸਟਾਰਟ ਕਰਨੇ ਆ। ਠੀਕ ਹੈ, ਬਾਕੀ ਹੁਣ ਚੱਲਦੇ ਹਾਂ, ਨਾਲੇ ਤੁਹਾਨੂੰ ਚੈੱਕ ਕਰਵਾਉਂਦੇ ਹਾਂ ਚੱਲ ਕੇ ਕਿੱਥੇ ਵੀਡੀਓ ਬਣਾਉਣੀਆਂ ਨੇ, ਬਾਕੀ ਸਾਰਾ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ। ਲੋ ਬਾਬਾ ਜੀ ਰਾਜਾ ਆਪਣੀ ਕੱਢ ਲਈ, ਹੁਣ ਚੱਲੀਏ ਸਿੱਧਾ ਚੌਂਕ 'ਚ, ਚੀਮਾ ਸਾਹਿਬ ਗਾਲਾਂ ਕਰ ਰਹੇ ਨੇ ਦੂਸਰੇ ਮੋਬਾਈਲ 'ਤੇ। ਲੋ ਬਾਬਾ ਜੀ ਆਪਣੇ ਚੀਮਾ ਸਾਹਿਬ ਕੋਲ ਆ ਗਏ ਹਾਂ ਜੀ। ਚੀਮਾ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ? ਸਲਾਮਤ ਲਵੋ। ਕਿੱਥੇ ਹੋ ਜਨਾਬ? ਸੁਬਾਹ ਦੇ ਅੱਛਾ ਅੰਡੇ ਨਾਲ ਨਾਸ਼ਤਾ ਕੀਤਾ। ਅੱਛਾ, ਦੱਸ ਦਿਓ ਬੇਗਮ ਮੈਂ ਅੰਡਾ ਖਾਦਾ। ਮੈਂ ਤਾਂ ਰੋਜ਼ ਹੀ ਅੰਡਾ ਖਾਣਾ ਭਾਈ, ਅਲਹਮਦੁਲਿਲਾ ਕੁੱਕੜੀਆਂ ਰੱਖੀਆਂ। ਕੁੱਕੜੀਆਂ? ਉਹ ਤਾਂ ਫਿਰ ਤੁਹਾਡਾ ਬੰਦ ਹੈ ਨਾ ਕੁੱਕੜੀਆਂ ਦਾ ਅੰਡਾ ਖਾਣਾ, ਤਾਂ ਸਾਨੂੰ ਵੀ ਇੱਕ ਦੋ ਕਦੇ ਕਦੀ ਖਵਾ ਦਿਓ ਜੀ। ਹੈਂ ਬਾਜਵਾ ਸਾਹਿਬ ਆਪਣੇ ਨਵੀਂ ਦੁਕਾਨ ਪਾ ਲਗੇ ਨੇ, ਬਾਜਵਾ ਸਾਹਿਬ ਮੁਬਾਰਕ ਹੋਏ, ਤੇ ਤੁਹਾਡੇ ਨਾਲ ਟ੍ਰੀਟ ਬਣ ਗਈ ਹੈ। ਬਾਜਵਾ ਸਾਹਿਬ ਫਿਰ ਕੀ ਖਵਾਓਗੇ ਦੱਸੋ ਤੇ ਸਹੀ ਇੱਧਰ। ਅੱਛਾ ਜੀ, ਕਿਆ ਬਾਤ ਹੈ ਜੀ ਬਾਜਵਾ ਸਾਹਿਬ, ਕਿਆ ਬਾਤ! ਇਹਦਾ ਮਤਲਬ ਬਿਰਿਆਨੀ ਪ੍ਰੋਗਰਾਮ ਹੋਏਗਾ ਚੀਮਾ ਸਾਹਿਬ। ਬਾਕੀ ਚੀਮਾ ਸਾਹਿਬ ਹੋਰਾਂ ਵੀ ਇੱਕ ਨਾਲ ਦੀ ਸ਼ਰਟ ਪਾਈ ਹੈ, ਮੈਂ ਵੀ ਇੱਕ ਨਾਲ ਦੀ। ਬਾਬਾ ਜੀ ਚੈੱਕ ਕਰੋ ਜੀ, ਮੈਚਿੰਗ ਕੀਤੀ ਹੈ ਚੀਮਾ ਸਾਹਿਬ ਅੱਜ, ਖੈਰ ਹੈ ਨਾ, ਅੱਜ ਤੁਸੀਂ ਵੀ ਉਹੀ ਸ਼ਰਟ ਪਾਇਓ ਤੇ ਮੈਂ ਵੀ ਉਹੀ ਪਾਇਆ। ਹਾਂਜੀ ਬਾਬਾ ਜੀ, ਹਾਂ ਸ਼ਰਟਾਂ ਬਣਵਾਈਆਂ ਨੇ ਦੋ, ਵਾਹਵਾ ਬਣਵਾਈਆਂ ਨੇ ਆਪਣੇ ਸ਼ਰਾਰਤ ਸਾਹਿਬ ਦੀਆਂ ਵੀ। ਠੀਕ ਹੈ, ਬਾਕੀ ਦੋ ਲੱਭ ਗਈਆਂ ਨੇ ਆਪਣੇ ਸ਼ਰਾਰਤ ਸਾਹਿਬ ਦੀ, ਨਹੀਂ ਲੈ ਲੱਭੀ। ਹਾਂਜੀ ਬਾਬਾ ਜੀ, ਆਪਣੇ ਸ਼ਰਾਰਤ ਸਾਹਿਬ ਹੋਰਾਂ ਨੂੰ ਹਲੇ ਸ਼ਰਟ ਨਹੀਂ ਲੱਭੀ ਹੈ, ਬਾਕੀ ਸ਼ਰਾਰਤ ਸਾਹਿਬ ਹੋਰਾਂ ਨੂੰ ਕਾਲ ਕੀਤੀ, ਉਹ ਵੀ ਕੰਮ ਤੋਂ ਆ ਗਏ ਨੇ। ਪਲੇਟ ਵੇਖੋ ਵੱਡੇ ਪਲੇਅਰ ਆ ਹੀ ਹਾਰਦੇ ਨੇ। ਅੱਛਾ ਭਾਈ, ਇੱਕ ਮੈਚ ਨਹੀਂ ਜਾਂ ਕਦੀ ਆ, ਇੱਕ ਮੈਚ ਨਹੀਂ। ਬਾਕੀ ਚੀਮਾ ਸਾਹਿਬ ਆਪੀ ਵਿਖਾਓ, ਹਾਂ ਪਿੱਛੋਂ, ਹਾਂ ਪਿੱਛੋਂ ਵਿਖਾਓ, ਚੈੱਕ ਕਰੋ ਚੀਮਾ ਸਾਹਿਬ ਹੋਰਾਂ ਕਾਹਦਾ ਨੰਬਰ ਹੈ? ਚੀਮਾ ਸਾਹਿਬ ਅਸਾ 39 ਭਾਈ, ਫਖਰ ਜ਼ਮਾਨ ਦਾ ਨੰਬਰ ਹੈ। ਹਾਂ ਤੇ ਫਖਰ ਜ਼ਮਾਨ ਨਾਲ ਖੇਡਿਆ ਵੀ ਕਰੋ, ਰਾ ਦੇਖੀਆਂ ਸਵੇਰੇ ਕੀ ਬੰਦਾ ਸ਼ਰਾਦ ਰਾਣਾ। ਅੱਛਾ ਜੀ, ਤਾਂ ਬਾਕੀ ਮੇਰਾ ਵੀ ਨੰਬਰ ਚੈੱਕ ਕਰਾਉਣਾ ਪਿੱਛੋਂ ਐ ਚੀਮਾ ਸਾਹਿਬ ਫਰੋਂ ਹਜ਼ਰਾ ਐ ਫਰੋ ਜੀ ਮੇਰਾ ਸਾਹਿਬ ਆਪਣੇ 10 ਨੰਬਰ ਜਿਹੜਾ ਲਾਇਆ ਨਾ ਧਨਿਆਰ
ਵਿਜ਼ਿਟ ਕਰਾਵਾਂਗੇ ਹੁਣੇ ਸੁਬਾ ਕਰਵਾਵਾਂਗੇ ਬਾਬਾ ਜੀ। ਇਤਵਾਰ ਨੂੰ ਕੱਲ ਵੱਡਾ ਹੀ ਮੈਚ ਆ ਪਿੱਛੇ ਧਾਮੋਕੀ ਦੀ ਗਰਾਊਂਡ ਦੇ ਵਿੱਚ, ਠੀਕ ਹੈ, ਅਤੇ ਬਾਕੀ ਉਦੋਂ ਤੁਹਾਨੂੰ ਗਰਾਊਂਡ ਵਿਖਾਵਾਂਗੇ। ਬਾਕੀ ਹੁਣ ਸ਼ਰਾਜ ਸਾਹਿਬ ਦਾ ਵੇਟ ਕੀਤਾ ਜਾ ਰਿਹਾ, ਸ਼ਰਟਾਂ ਤਦ ਬਣਵਾਈਆਂ ਹਨ ਮੈਚ ਬੜਾ ਵੱਡਾ, ਅਤੇ ਬਾਕੀ ਹੁਣ ਚੱਲੀਏ ਵੀਡੀਓ ਬਣਾਉਣ। ਠੀਕ ਹੈ, ਕੀ ਆਉਂਦਾ ਬਾਬਾ ਜੀ ਨੇ ਮੈਂ ਮੋਬਾਈਲ ਫੜਾਇਆ ਕਾਲ ਕਰਕੇ ਤਾਂ ਕੋਈ ਹੈਲੋ ਹੈਲੋ ਪਾ ਕਰਦਾ, ਉਹਨੇ ਚੁੱਕਿਆ ਵੀ ਨਹੀਂ ਹੈ। ਲਓ ਬਾਬਾ ਜੀ ਆਪਣੇ ਸ਼ਰਾਜ ਸਾਹਿਬ ਨੂੰ ਲੈ ਲਿਆ ਨਾਲ, ਅਤੇ ਪਾਣੀ ਪੀ ਰਿਹਾ ਡੋਬੀ ਨਾ ਜਾਏ ਚੀਮਾ ਹੈ ਚੀਮਾ ਚੀਮਾ ਤੇ ਪਾਣੀ ਦਾ ਪ੍ਰੈਸ਼ਰ ਵੀ ਚੈੱਕ ਕਰ ਨਾਲ ਤੂੰ। ਹਾਂਜੀ ਹੁਣ ਪ੍ਰੈਸ਼ਰ ਘੱਟ ਰੱਖੇ ਆ ਬਾਬਾ ਜੀ। ਆਪਣੇ ਵਕੀਲ ਸਾਹਿਬ ਨੂੰ ਨਾਲ ਲੈ ਲਿਆ ਸੀ ਉੱਥੇ ਚੌਂਕ ਚੋਂ, ਵਕੀਲ ਸਾਹਿਬ ਹੋਰਾਂ ਨਵਾਂ ਸੂਟ ਪਾਇਆ ਤੈਨੂੰ ਅੱਜ, ਕੱਦੂ ਹੈ ਕੱਦੂਏ ਨੂੰ ਮਧੋਲ ਲਿਆ ਮੈਂ ਤਾਂ ਚੀਮੇ ਨੇ, ਠੀਕ ਹੈ ਚੀਮਾ। ਆਹੋ ਬਾਕੀ ਬਾਬਾ ਜੀ ਸਾਡਾ ਡੇਰਾ ਹੋਵੇ ਤੇ ਸਾਡਾ ਵੀ ਡਰ ਵੀ ਚੱਲਦਾ ਪਿਆ, ਚੈੱਕ ਕਰੋ ਜੀ ਬਾਬਾ ਜੀ ਜੋ ਵੀ ਹੈ ਨਾ ਦੱਸੋ ਆਪਣੀ ਹਿਸਟਰੀ ਦੇ ਵਿੱਚ। ਜਿੱਦਾਂ ਦਾ ਮੈਂ ਤੁਹਾਡੇ ਡੇਰੇ ਤੇ ਆ ਰਿਹਾ ਨਾ, ਮੈਂ ਜ਼ਿੰਦਗੀ 'ਚ ਪਹਿਲੀ ਵਾਰ ਤੁਹਾਡਾ ਵੀਡਰ ਚੱਲ ਉਹ ਭਾਈ ਇਹੀ ਵੀਡਰ ਦਾ ਆ ਪਹਿਲੀ ਵਾਰ ਪਹਿਲੀ ਦਫਾ ਹੋਵੇ ਓਪਾ ਉਹ ਭਾਈ ਅੱਲਾ ਨੂੰ ਪਾਣੀ ਲੱਗਦਾ ਸਾਡਾ। ਬਾਕੀ ਆਪਣੇ ਵਕੀਲ ਸਾਹਿਬ ਨਾਲ ਜਹਾਂ ਕੱਦੂਏ ਮਧੋਲ ਲੈ ਅੱਛਾ ਚਲੋ ਬਾਬਾ ਜੀ ਚੱਲੀਏ ਚਲੋ ਸਟਾਰਟ ਇੱਧਰ ਮੂੰਹ ਕਰ ਜਿੰਨਾ ਕੋ ਤੇਲ ਦਾ ਸਰਫਾ ਤੁਸੀਂ ਕਰਦੇ ਹੋ ਕੋਈ ਨਹੀਂ ਕਰਦਾ ਜਿੰਨੇ ਵੀ ਆਲਦੋ ਵਾਲੇ ਡੇਰੇ ਰੱਬ ਸਾਡੇ ਤੇ ਬਹੁਤ ਜ਼ਿਆਦਾ ਮਿਹਰਬਾਨ ਹੈ ਬਾਬਾ ਜੀ ਮਿਹਰਬਾਨ ਤੇ ਰੱਬ ਹੈ ਮਗਰ ਰੱਬ ਕੇ ਲੱਖਣੀ ਤੇਲ ਵੀ ਪਾ ਲਿਆ ਅੱਛਾ। ਬਾਕੀ ਬਾਬਾ ਜੀ ਹਾਂ ਉਹ ਉੱਥੇ ਜਾਣਾ ਉਹ ਵੇਹਦੇ ਹੋ ਪੇ ਉਹ ਉੱਥੇ ਵੀਡੀਓ ਬਣਾਉਣ ਜਾਣਾ ਬਾਬਾ ਜੀ। ਬਾਕੀ ਹੁਣ ਇੱਥੋਂ ਨਿਕਲਣੇ ਆ ਅਸੀਂ ਆਪਣੇ ਬਚਿੰਦਰ ਟੂਣਾ ਲੱਗ ਪੈਣੇ ਆ ਸਾਨੂੰ। ਲਓ ਬਾਬਾ ਜੀ ਲੋਕੇਸ਼ਨ ਤੇ ਪਹੁੰਚ ਚੁੱਕੇ ਹਾਂ ਜੀ ਆਪਣੇ ਸ਼ਰਾਜ ਸਾਹਿਬ। ਹਾਂਜੀ ਆ ਲੋਕੇਸ਼ਨ ਹੈ ਆਪਣੀ ਸਾਰੀਆਂ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਨਾ ਤੁਹਾਡੀ ਸਾਰੀਆਂ ਵਕੀਲ ਸਾਹਿਬ ਹੋਰਾਂ ਦੀਆਂ ਨਹੀਂ ਇਹ ਮੇਰੀਆਂ ਨੇ, ਠੀਕ ਹੈ। ਬਾਕੀ ਚੈੱਕ ਕਰੋ ਬਾਬਾ ਜੀ ਲੋਕੇਸ਼ਨ, ਇਹ ਵੀ ਆਪਣਾ ਡੇਰਾ ਆਪਣੇ ਸ਼ਰਾਜ ਸਾਹਿਬ ਹੋਰਾਂ ਦੇ ਚਾਚੂ ਹੋਰਾਂ ਦਾ ਡੇਰਾ, ਠੀਕ ਹੈ। ਤੇ ਜੇ ਕਿਸੇ ਖਰੀਦਣਾ ਹੋਵੇ ਤਾਂ ਦੱਸੋ ਆਪਣੇ ਸ਼ਰਾਜ ਸਾਹਿਬ ਦਾ ਨੰਬਰ ਮੈਂ ਬਾਇਓ 'ਚ ਦੇ ਦਿੰਦਾ। ਹਾਂਜੀ ਬਾਬਾ ਜੀ ਮਸਜਿਦ ਵੀ ਹੈ ਆਪੀ ਬਾਬਾ ਜੀ ਆਪੀ ਇਹਨੇ ਰਮਜ਼ਾਨ ਦੇ ਵਿੱਚ ਨਮਾਜ਼ ਪੜ੍ਹੀ, ਉਸ ਤੋਂ ਬਾਅਦ ਮਸਜਿਦ 'ਚ ਬੜੇ ਨੇ ਅਲਹਮਦੁਲਿਲਾ ਨਮਾਜ਼ਾਂ ਪੜ੍ਹੀ ਦੀਆਂ ਨੇ ਤੇ ਬਾਕੀ ਇਹ ਮਸਜਿਦ ਬਣੀ ਹੈ ਆਪਣੇ ਸ਼ਰਾਜ ਸਾਹਿਬ ਹੋਰੀ ਸਾਨੂੰ ਕਹਿ ਰਹੇ ਹਨ ਕਿ ਇੱਥੇ ਨਮਾਜ਼ ਪੜ੍ਹਿਆ ਕਰੋ ਆਪੀ ਨਹੀਂ ਇਹਨਾਂ ਪੜ੍ਹਨੀ ਹੈ, ਜੇ ਤੁਸੀਂ ਪੜ੍ਹਨੀ ਹੋ ਤਾਂ ਇੱਥੇ ਆ ਪੜ੍ਹ ਸਕਦੇ ਹੋ, ਠੀਕ ਹੈ, ਨਾਲ ਨਲਕਾ ਵੀ ਲੱਗਿਆ ਵਜ਼ੂ ਲਈ, ਠੀਕ ਹੈ। ਤੇ ਬਾਕੀ ਇੱਥੇ ਹੁਣ ਅਸੀਂ ਕਰਨ ਲੱਗੇ ਹਾਂ ਸ਼ੂਟ ਤੇ ਲਾਬਾ ਸ਼ਾਬਾ ਲੱਗ ਰਹੀਆਂ ਨੇ, ਠੀਕ ਹੈ, ਤੇ ਟਰੈਕਟਰ ਦੀਆਂ ਆਵਾਜ਼ਾਂ ਪਿੱਛੋਂ ਆ ਰਹੀਆਂ ਨੇ ਕਿਉਂਕਿ ਅਸੀਂ ਵੀਡੀਓ ਬਣਾਉਂਦੇ ਹਾਂ ਸ਼ੇਅਰ ਬੋਲਨੇ ਆ। ਸਾਡੀ ਆਈ ਡੀ ਹੈ ਚੀਮਾ ਸਾਹਿਬ, ਤੁਹਾਡੀ ਕਿਹੜੀ ਆਈ ਡੀ ਹੈ? ਸੱਚੀਮਾ 939 ਕੀ ਬੋਲਦੇ ਹੋ? ਜੱਗਾ ਮਹਿਕਮਾ, ਠੀਕ ਹੈ। ਬਾਕੀ ਉਹਦਾ ਤਾਂ ਤੁਹਾਨੂੰ ਹੈਵੀ ਹੈ ਵੀ ਸ਼ੇਅਰ ਲੱਭਣਗੇ ਜੱਗਾ
ਬਸ਼ੀਰੇ ਨਾਲ ਲੜਾਈ ਹੋ ਗਈ ਅੱਜ ਕੱਲ ਠੀਕ ਹੁਣ ਆਪਣੇ ਬਸ਼ੀਰੇ ਦੀ ਕਾਲ ਆਉਂਦੀ ਸੀ ਅੱਛਾ ਕਦੀ ਨੀ ਉਹਨੇ ਸੱਚ ਬੋਲਿਆ ਜਿੱਦਣ ਆਉਂਦਾ ਸੀ ਧੁੱਪ ਉਦਣ ਬਾਰਿਸ਼ ਤੇ ਜਿੱਦਣ ਬਾਰਿਸ਼ ਉਦਣ ਧੁੱਪ ਹੁੰਦੀ ਉਹਨੇ ਧੁੰਦਾ ਅੱਛਾ ਠੀਕ ਹੈ ਬਾਕੀ ਬਾਬਾ ਜੀ ਹੁਣ ਅਸੀਂ ਸ਼ੇਰ ਸ਼ੂਰ ਬੋਲ ਲਈਏ ਠੀਕ ਹੈ ਉਹ ਟਰੈਕਟਰ ਲੱਗਾ ਉਹਦੀ ਆਵਾਜ਼ ਬੜੀ ਆ ਰਹੀ ਹੈ ਵਿੱਚ ਬਾਕੀ ਯਾਰ ਆਪਣੇ ਜਿਹੜੇ ਨੇ ਸਬਸਕ੍ਰਾਈਬਰ ਨੇ ਨਾ ਉਹਨਾਂ ਨੂੰ ਕਹੋ ਕਿ ਸਾਡੇ ਜਿਹੜਾ ਟਿਕਟੌਕ ਤੇ ਜਾ ਕੇ ਫਾਲੋ ਵੀ ਕਰਨ ਇੰਜੀ ਗੱਲ ਹੈ ਤੁਹਾਡੇ ਵਾਸਤੇ ਇਨੀ ਮਿਹਨਤ ਕਰਕੇ ਸ਼ੇਅਰ ਕਰ ਰਹੇ ਆ ਲੇਕਿਨ ਫੇਰ ਲਾਈਕ ਫਾਲੋ ਨਹੀਂ ਆਉਂਦੇ ਤੇ ਕੀ ਫਾਇਦਾ ਯਾਰ ਬਾਬਾ ਜੀ ਸਾਰਿਆਂ ਤੁਹਾਨੂੰ ਆਈਡੀਆ ਹਾਂ ਦੱਸ ਰਹੀ ਹੈ ਦੋਵਾਂ ਨੇ ਜਾ ਕੇ ਨਾ ਤੁਹਾਂ ਸਾਨੂੰ ਕੀ ਕਰਨਾ ਫਾਲੋ ਕਰਨਾ ਤੇ ਅਨਫਾਲੋ ਕਰਨਾ ਅਨਫਾਲੋ ਜਿੰਨਾ ਫਾਲੋ ਕੀਤਾ ਉਹਨਾਂ ਫਾਲੋ ਹੀ ਰੱਖਣਾ ਤੇ ਜਿੰਨਾ ਨਹੀਂ ਕੀਤਾ ਉਹਨਾਂ ਫਾਲੋ ਕਰਨਾ ਉਹਨਾਂ ਫਾਲੋ ਕੀਤਾ ਫਾਲੋ ਉਹਨਾਂ ਅਨਫਾਲੋ ਕਰ ਦਿਓ ਇਹਨਾਂ ਦੋਵਾਂ ਨੂੰ ਕਿਉਂਕਿ ਲਾਈਕ ਤੇ ਪੈਂਦੇ ਨੇ ਇਹ ਬੰਦਾ ਤੇ ਵੀਡੀਓ ਬਣਾਉਂਦਾ ਹੀ ਨਹੀਂ ਹੈ ਕਿਸੇ ਨਾਲ ਖਾਤੇ ਦੀ ਠੀਕ ਹੈ ਇਹ ਬੰਦਾ ਜਿਹੜਾ ਨਾ ਸਾਡੀ ਖੁਸ਼ੀ ਨਹੀਂ ਵੇਖ ਸਕਦਾ ਹਾਂਜੀ ਕਿ ਫੇਮਸ ਰਾਂ ਕਿਧਰੇ ਹੋਈ ਜਾਣੇ ਨਾ ਮੈਨੂੰ ਕੱਲਿਆਂ ਛੱਡ ਦੇ ਹਾਂ ਇਹ ਪੁੱਛੋ ਹੀ ਹੋਈ ਜਾਓ ਉਹ ਯਾਰ ਬੇਲਿਆ ਇਹ ਕਾਸਿਆ ਪਿਆ ਬਾਬਾ ਜੀ ਇਹਦੀ ਵਾਵਾ ਹਮਤ ਮਾਰੀ ਹੈ ਠੀਕ ਹੈ ਇਹਨੂੰ ਅਸੀਂ ਕਦੂਏ ਸੁੱਟ ਲਗੇ ਹਾਂ ਹਾਂ ਕੀ ਹੁੰਦਾ ਹੈ ਕੀ ਚੈੱਕ ਕਰ ਚੀਮਾ ਏ ਹਾਂਜੀ ਤਲਾ ਨਾ ਵਿੱਚ ਕਦੂ ਜੀ ਗਾਲ ਕਿਉਂ ਕੱਢੀ ਆ ਗਾਲ ਕਿਉਂ ਕੱਢੀ ਆ ਗਾਲ ਕਿਉਂ ਕੱਢੀ ਆ ਚੀਮਾ ਗਾਲਾਂ ਕੱਢਦਾ ਪਿਆ ਵਲੌਗ ਦੇ ਵਿੱਚ ਗਾਲ ਤੇ ਨਹੀਂ ਗਾਲ ਹੋਰ ਕੀ ਏ ਓ ਨਹੀਂ ਚੱਲ ਕਦੂਏ ਵਿੱਚ ਚੀਮਾ ਨੂੰ ਫੜ ਤੂੰ ਚਲਾ ਫੜ ਤੂੰ ਓ ਫੜ ਤੂੰ ਫੜ ਤੂੰ ਚੱਲ ਲੈ ਉਹ ਤਾਂ ਨੇਰਾ ਪੈਂਦਾ ਵੀ ਅੱਛਾ ਵਾਹ ਜੀ ਵੀਡੀਓ ਸ਼ੀਡੀਓ ਬਣਾ ਰਹੇ ਆ ਅਸੀਂ ਠੀਕ ਹੈ ਹਨੇਰਾ ਪੈ ਗਿਆ ਤੇ ਆਪਣੇ ਸ਼ਿਆਦ ਸਾਹਿਬ ਨੂੰ ਸੁੱਟਣ ਲੱਗੇ ਹਾਂ ਕਦੂਏ ਤੇ ਉਹਨਾਂ ਫਿਰ ਆਖਿਆ ਤੁਹਾਨੂੰ ਬੋਤਲ ਪਜਾਨੇ ਆ ਕਦੂਏ ਨਾ ਸੁੱਟੋ ਠੀਕ ਹੈ ਤੇ ਇਸ ਗੱਲ ਤੋਂ ਬਣਾ ਲਿਆ ਕਿਹੜੀ ਕਿੱਲਾ ਪੈਰੀ ਲਾਈ ਨਾ ਅਸਰ ਨੇ ਲਾਈ ਹੈ ਇਕੱਲੇ ਬੰਦੇ ਨੇ ਇਕੱਲੇ ਬੰਦੇ ਲਾਈ ਹੈ ਕਿਹਨੇ ਮੰਨਣਾ ਤੂੰ ਪਾਗਲ ਹੈ ਹੋਰੇ ਮੰਨ ਹੀ ਜਾਣ ਕੋਈ ਮੁੰਜੀ ਠੀਕ ਹੈ ਪੈਲੀਆਂ ਸਾਰੀਆਂ ਚੀਮਾ ਸਾਹਿਬ ਦੀਆਂ ਨੇ ਹਾਂਜੀ ਚੀਮਾ ਸਾਹਿਬ ਦਾ ਨੰਬਰ ਥੱਲੇ ਮੈਂਸ਼ਨ ਕਰ ਹਾਂਜੀ ਬਾਇਓ ਚ ਦੇ ਦੇਣੇ ਬਾਬਾ ਜੀ ਤੁਹਾਨੂੰ ਇਹਨਾਂ ਦਾ ਨੰਬਰ ਠੀਕ ਹੈ ਤੇ ਬਾਕੀ ਤੁਸੀਂ ਇਹਨਾਂ ਨੂੰ ਬਾਇਓ ਦੇ ਵਿੱਚ ਜੋ ਹੋ ਸਕਦਾ ਤੁਸੀਂ ਕਹਿ ਸਕਦੇ ਹੋ ਇਹਨਾਂ ਨੂੰ ਗਾਲਾਂ ਵੀ ਕੱਢ ਸਕਦੇ ਹੋ ਠੀਕ ਹੈ ਹਾਂਜੀ ਜਿੰਨੇ ਗਾਲਾਂ ਕੱਢੀਆਂ ਉਹਨਾਂ ਨੂੰ ਪਤਾ ਹੈ ਹਾਂਜੀ ਚੀਮਾ ਕੀ ਹਾਲ ਕਰ ਸਕਦੇ ਹਾਂਜੀ ਠੀਕ ਹੈ ਜੀ ਐਡਾ ਰਵੋ ਵੀ ਤੁਸੀਂ ਹਾਲ ਤੂੰ ਕੀ ਕਰ ਰਿਹਾ ਹੈ ਪੁੱਛੀਆਂ ਜਰਾ ਸ਼ਰਾਦ ਇਹਨੂੰ ਯਾਰ ਕੀ ਆਪ ਘਰੋਂ ਗਾਲਾਂ ਪੈਂਦੀਆਂ ਉਹ ਬਾਛੋ ਇਹ ਥੱਕ ਬਹਿ ਗਿਆ ਬੰਦਾ ਇਹਦੀ ਇੰਜ ਭੈਣ ਮੱਝਾਂ ਖੁੱਲ ਗਈਆਂ ਨੇ ਚੀਮਾ ਸਾਹਿਬ ਬੜਾ ਥਕਾ ਰਿਹਾ ਮੈਨੂੰ ਵੀਡੀਓ ਤੇ ਇਹ ਤੇ ਬੰਦਾ ਹੀ ਫਾਰਾ ਗਿਆ ਨਾ ਇਹਨੂੰ ਵੀਡੀਓ ਤੋਂ ਸਵਾ ਹੋਰ ਕੋਈ ਕੰਮ ਨਹੀਂ ਹੈ ਆਈ ਐਮ ਰਜਿਸਟਰ ਰਾ ਮਰੇ ਇਹ ਤੇ ਬਸ ਨਾ ਐਡਾ ਰੀਤਨ ਕਰੋਸ਼ਨ ਹੈ ਲਾਈਕ ਇਹਨੂੰ ਇਸ ਬੰਦੇ ਨੂੰ ਲਾਈਕ ਸਿਰਫ 20 ਤੋਂ 30 ਜਾਂ 40 ਤੇ ਭਾਈ ਭਾਈਆ ਬੰਦੇ ਨੇ ਤੁਹਾਨੂੰ ਆਈਡੀ ਵਾਈ ਏ ਇਹਦੀ ਆਈਡੀ ਚੈੱਕ ਕਰੋ ਇਹਨੇ 10000 ਬੰਦੇ ਨੂੰ ਫਾਲੋ ਕੀਤਾ ਵਾ ਜੀ ਤੇ ਲਾਈਕ ਆ ਇਹ ਵੀ 50-60 ਆਉਂਦੇ ਨੇ ਯਾਰ ਸਗੋਂ ਤੂੰ ਉਹਨਾਂ ਨੂੰ ਕੈਮਰਾ ਆਈਡੀ ਦੱਸ ਕੇ ਇਹਨਾਂ ਨੂੰ ਲਾਈਕ ਫਾਲੋ ਕਰੋ ਤੂੰ ਅੱਗੋਂ ਉਹ ਕਿਉਂ ਕਰਨ ਤੈਨੂੰ ਤੂੰ ਕੀ ਏ ਇਹਨੂੰ ਵਿੱਚੋਂ ਡਿਲੀਟ ਕਰ ਰਿਹਾ ਦੋ ਬਾਬਾ ਜੀ ਮਕਰਮ ਦਾ ਟਾਈਮ ਹੋ ਗਿਆ ਤੇ ਹੁਣ ਸ਼ੂਟ ਨੂੰ ਗਿਆ ਬਾਬਾ ਜੀ ਸਾਡਾ ਠੀਕ ਹੈ ਇਹ ਤਾਂ ਅਹੀਏ ਵੀ ਕਹਿੰਦਾ ਥੋੜੀ ਜਿਹੀ ਵੀਡੀਓ ਬਣੀ ਹੈ ਹਲੇ ਵੀ ਪੰਜ ਵੀਡੀਓ ਇਹਨੇ ਸ਼ੇਅਰ ਬੋਲਣੇ ਦੰਦ ਹਲੇ ਵੀ ਥੋੜੇ ਬੋਲੇ ਇਹਨੇ ਜਿਹੜੀਆਂ ਖਰਾਬ ਬਣਾਈਆਂ ਨਹੀਂ ਉਹ ਵੀ ਦੱਸ ਨਾ ਉਹ ਆਵਾਜ਼ ਹੀ ਨਹੀਂ ਆਈ ਹੈ ਅੱਛਾ ਚਲੋ ਜੀ ਜਾਣ ਦੇ ਬਾਬਾ ਜੀ ਮੈਂ ਉਤਰਿਆ ਤੇ ਸ਼ਰਾ ਸਾਹਿਬ ਹੋਰੀ ਇਕੱਲੇ ਮੋਟਰਸਾਈਕਲ ਤੇ ਬੈਠੇ ਆ ਤੇ ਸ਼ਰਾ ਸਾਹਿਬ ਹੋਰਾਂ ਦੇ ਪੈਰ ਹੀ ਲੱਗੇ ਮੰਡ ਪੈਰ ਹੀ ਲੱਗੇ
ਮੇਰੇ ਵਾਰ ਪੈਰ ਪਾਏ ਦਾ ਇੰਦਾ ਛੋਟਾ ਕੱਦ ਦੇ ਪੈਰ ਨਹੀਂ ਲੱਗੇ ਆ ਠੀਕ ਹੈ ਅੱਗਾ ਹੋ ਉਹ ਵੱਡਾ ਕੱਦ ਵੀ ਹੁੰਦਾ ਤੇਨੇ ਬਲਾ ਵੀ ਲਾਣੇ ਹਨ ਗਲੀਆਂ ਦੇ ਹੋਰ ਵੀ ਹਾਂ ਕੈਨਸਟਾ ਬਲਾਉਂਦਾ ਹੈ ਲਾ ਬਾਬਾ ਜੀ ਸੁਨਸਾਨ ਰਸਤੇ ਸੇ ਜਾਤੇ ਹੋਵੇ ਇੱਥੇ ਚੋਰੀ ਆਏ ਦਿਨ ਹੁੰਦੀ ਹੈ ਹਾਂਜੀ ਕੋਈ ਕਿੱਥੇ ਸ਼ੇਰ ਬੋਲਣਾ ਪਿੰਡ ਜਗ੍ਹਾ ਨਹੀਂ ਬਾਕੀ ਬਾਬਾ ਜੀ ਜੇ ਤੁਸੀਂ ਇੱਥੇ ਸ਼ੇਰ ਬੋਲਣੇ ਹੋਣ ਆ ਕੇ ਬੋਲ ਸਕਦੇ ਹੋ ਠੀਕ ਹੈ ਪਿੰਡ ਦਾ ਨਾਮ ਦੱਸ ਦੇਣਾ ਨਾਲ ਡੇਰਾ ਬਣਾ ਦੇ ਕਿਦਾ ਡੇਰਾ ਆਪਣਾ ਹੀ ਹੈ ਆਪਣੇ ਸ਼ਰਾਫ ਸਾਹਿਬ ਰੰਦ ਚਾਚੂ ਦਾ ਚਾਚੂ ਅਸ਼ਰਫ ਦਾ ਠੀਕ ਹੈ ਤੇ ਬਾਕੀ ਹੁਣ ਜਾ ਰਹੇ ਹਾਂ ਪਿੰਡ ਨੂੰ ਹੁਣ ਬਾਬਾ ਜੀ ਮਗਰਬ ਦੀਆਂ ਅਜ਼ਾਨਾਂ ਹੋ ਗਈਆਂ ਨੇ ਹੁਣ ਚੱਲੀਏ ਜ਼ਰਾ ਪਿੰਡ ਵੱਲ ਨੂੰ ਚੱਲ ਕੇ ਨਾਲੇ ਪਿੰਡ ਵੀ ਸ਼ੁਗਲ ਮੇਲਾ ਵਹਾਨੇ ਆ ਤੁਹਾਨੂੰ ਚੈੱਕ ਕਰੋ ਜੀ ਟਰੈਕਟਰ ਮੇਲਾ ਪਿੰਡ ਕੀ ਕੱਦੂ ਸ਼ੁਰੂ ਹੋਇਆ ਬਾਬਾ ਜੀ ਕੱਦੂ